ਪੰਜਾਬ ਦੇ ਵਿੱਚ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਦਾ ਐਲਾਨ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਲਈ ਹਲਕਾ ਸਤਰਾਣਾ ਇੰਚਾਰਜ ਅਤੇ ਸਾਬਕਾ ਵਿਧਾਇਕ ਬੀਬੀ ਬਨਿੰਦਰ ਕੌਰ ਲੂੰਬਾ, ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਓ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਬਾ ਦੀ ਅਗਵਾਈ ਦੇ ਵਿੱਚ ਹਲਕਾ ਸਤਰਾਣਾ ਦੇ ਸਮੂਹ ਪਾਰਟੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਉਮੀਦਵਾਰਾਂ ਦੀ ਚੋਣ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਤੋਂ ਅਰਜ਼ੀਆਂ ਵੀ ਮੰਗੀਆਂ ਗਈਆਂ। ਮੀਟਿੰਗ ਦੇ ਵਿੱਚ ਸਮੂਹ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੇ ਬਰਗਾੜੀ ਕਾਂਡ ਦੇ ਵਿੱਚ ਬਾਦਲ ਪਰਿਵਾਰ ਦਾ ਨਾਮ ਉਛਾਲਣ ਤੇ ਇਸ ਦੀ ਕੜੀ ਨਿੰਦਾ ਕੀਤੀ ਗਈ। ਇਸ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਗਿਆ। ਮਾਤਰਾ ਮੰਡੀ ਤੋਂ ਸਤਪਾਲ ਗਰਗ, ਆਜ਼ਾਦ ਟੀਵੀ ਨਿਊਜ਼। ਨਿਰਵਿਘਨ ਚਲਾਈਆਂ ਤੇ ਅੱਜ ਕੰਪੈਰੀਜ਼ਨ ਜਿਹੜਾ ਕਿ ਹੋ ਰਿਹਾ ਕਿ ਕਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਕਿਤੇ ਕਿਸੇ ਥਾਣੇ ਚ, ਕਿਸੇ ਤਹਿਸੀਲ ਦੇ ਵਿੱਚ, ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕੋਈ ਬੰਦਾ ਸਾਬਤ ਕਰਦੇ ਵੀ ਅਸੀਂ ਪੈਸੇ ਦਿੱਤੇ ਜਾਂ ਅਸੀਂ ਆਪ ਇੱਥੇ ਸਾਰੇ ਬੈਠ ਕੇ ਦਫ਼ਤਰ ਦੇ ਵਿੱਚ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਰਹੇ ਹਾਂ, ਕੰਮ ਕਰਦੇ ਰਹੇ ਹਾਂ ਤੇ ਅੱਜ ਮੇਰਾ ਖਿਆਲ ਕੋਈ ਕੰਮ ਬਿਨਾਂ ਪੈਸੇ ਤੋਂ ਹੋ ਨਹੀਂ ਰਿਹਾ। ਇੰਨਾ ਦੁਨੀਆਂ ਤਰ੍ਹਾਂ ਤਰ੍ਹਾਂ ਕਰ ਰਹੀ ਹੈ ਤੇ ਅੱਜ ਲੋਕ ਨੇ ਜਿਹੜੇ ਉਹ ਇਹਨਾਂ ਨੂੰ ਜਿਹੜਾ ਦੱਸਣ ਦੇ ਲਈ ਤਿਆਰ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਤੇ ਅਸੀਂ ਪੂਰੀ ਤਿਆਰੀ ਦੇ ਨਾਲ, ਸਾਡੇ ਪੂਰੇ ਤਕੜੇ ਬੰਦੇ, ਅਸੀਂ ਇਕਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਹ ਚੋਣ ਲੜਾਂਗੇ ਤੇ ਅੱਜ ਕਾਮਯਾਬ ਹੋਵਾਂਗੇ। ਨੰਬਰ 2 ਤੇ ਜੋ ਇਹਨਾਂ ਨੇ ਕਿਹਾ ਬਰਗਾੜੀ ਕਾਂਡ ਵਾਲਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਜਿਹੜਾ ਮੁੱਦਾ, ਬਿਲਕੁਲ ਐਨ ਮੌਕੇ ਤੇ ਬਹੁਤ ਚਤੁਰਾਈ ਦੇ ਨਾਲ ਕਾਂਗਰਸੀਆਂ ਨੇ ਪਹਿਲਾਂ ਜੂਨ ਤੋਂ ਜਿਹੜੀਆਂ ਇਹ ਚੋਣਾਂ ਸੀਗੀਆਂ, ਇਹ ਡਿਊ ਸੀਗੀਆਂ, ਇਹ ਇੰਨਾ ਲੰਬਾ ਲੈ ਕੇ ਗਏ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਸਾਡੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਇਹ ਜਿਹੜੀ ਇਮੇਜ ਬਣੀ ਹੋਈ ਆ ਤੇ ਅਸੀਂ ਚੋਣਾਂ ਨਹੀਂ ਜਿੱਤਣੀਆਂ। ਤੇ ਫਿਰ ਇਹਨਾਂ ਨੇ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਦਿਮਾਗਾਂ ਨਾਲ ਖੇਡਿਆ ਸੀ ਕਿ ਕਰਜ਼ਾ ਮਾਫੀ ਕਰ ਦਾਂਗੇ, ਤੁਹਾਡੇ ਨੌਕਰੀਆਂ ਦੇ ਦਾਂਗੇ ਘਰ ਘਰ, ਉਸੇ ਤਰੀਕੇ ਨਾਲ ਇੱਕ ਆਹ ਜਸਟਿਸ ਰਣਜੀਤ ਸਿੰਘ ਦੀ ਇੱਕ ਰਿਪੋਰਟ ਇਹਨਾਂ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚਲਾ ਕੇ ਇੱਕ ਉੱਥੇ ਪੜ੍ਹੀ ਆ, ਜਿਹਦੇ ਚ ਕਿ ਸ਼੍ਰੋਮਣੀ ਅਕਾਲੀ ਦਲ ਨੂੰ, ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਉਹਦੇ ਵਿੱਚ ਤੁਸੀਂ ਆਪ ਸਾਰੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਵੋਟਰ ਨੇ ਜਿਹੜੇ ਅੱਜ ਕੱਲ੍ਹ ਉਹ ਰਿਪੋਰਟ ਪੜ੍ਹ ਕੇ ਦੇਖ ਲੈਣ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ ਆਉਂਦਾ, ਕਿਤੇ ਜਿਹੜਾ ਬਾਦਲ ਪਰਿਵਾਰ ਦਾ ਨਾਂ ਨਹੀਂ ਆਉਂਦਾ। ਸਿਰਫ ਇਸ ਕਰਕੇ ਇਹ ਸਿਰਫ ਇੱਕ ਮਹਿਜ਼ ਡਰਾਮਾ ਕੀਤਾ ਚੋਣਾਂ ਜਿੱਤਣ ਦੇ ਲਈ, ਤੁਹਾਡੇ ਸਾਹਮਣੇ ਆ ਜਾਣਾ 19 ਦਿਨਾਂ ਦੇ ਵਿੱਚ, ਇਹਦਾ ਕੁਛ ਵੀ ਜਿਹੜਾ ਨਤੀਜਾ ਨਹੀਂ ਨਿਕਲਣਾ। ਤੇ ਅੱਜ ਤੱਕ ਇਹਨਾਂ ਨੇ ਕੋਈ ਛਾਣਬੀਨ ਨਹੀਂ ਕੀਤੀ ਵੀ ਕਿ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ, ਜਿਹੜੇ ਜਿਹਨਾਂ ਨੇ ਇਹ ਕੰਮ ਕੀਤੇ ਨੇ, ਉਹਨਾਂ ਦੀ ਕੋਈ ਪਹਿਚਾਣ ਕਰਨ ਲਈ।